ਲੋਕਸਭਾ ਚੋਣਾਂ 2019 ਦੌਰਾਨ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਆਦਰਸ਼ ਚੋਣ ਜ਼ਾਬਤਾ ਲਾਗੂ ਕਰਨ ਲਈ ਪੰਜਾਬ ਅਤੇ ਹਰਿਆਣਾ ਦੀਆਂ ਹੱਦਾਂ ਨਾਲ ਲੱਗਦੇ ਜ਼ਿਲ੍ਹਿਆਂ ਦੇ ਪੁਲਿਸ ਮੁਖੀਆਂ ਵੱਲੋਂ ਸਾਂਝੇ ਤੌਰ ਤੇ ਮੀਟਿੰਗ ਕਰਕੇ ਸਾਂਝੀ ਰਣਨੀਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਪੰਜਾਬ ਤੇ ਹਰਿਆਣਾ ਦੀ ਹੱਦ ਤੇ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਸਰਾਏ ਵਿਖੇ ਹੋਈ ਸਾਂਝੀ ਮੀਟਿੰਗ 'ਚ ਪਟਿਆਲਾ ਜ਼ਿਲ੍ਹੇ ਦੇ SSP ਸਰਦਾਰ ਮਨਦੀਪ ਸਿੰਘ ਸਿੱਧੂ, ਅੰਬਾਲਾ ਦੇ SSP ਸ਼੍ਰੀ ਮੋਹਿਤ ਹਾਂਡਾ, ਕੈਥਲ ਦੇ SSP ਸ਼੍ਰੀ ਵਸੀਮ ਅਕਰਮ, ਵਧੀਕ ਡਿਪਟੀ ਕਮਿਸ਼ਨਰ ਅੰਬਾਲਾ ਦੇ ਕੈਪਟਨ ਸ਼ਕਤੀ ਸਿੰਘ ਅਤੇ ਪੰਜਾਬ ਤੇ ਹਰਿਆਣਾ ਦੇ ਪੁਲਿਸ ਤੇ ਸਿਵਲ ਦੇ ਹੋਰ ਵੀ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਜਿੱਥੇ ਦੋਵਾਂ ਸੂਬਿਆਂ ਦੇ ਗਵਾਂਢੀ ਜ਼ਿਲ੍ਹਿਆਂ ਪਟਿਆਲਾ, ਅੰਬਾਲਾ ਤੇ ਕੈਥਲ ਦੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਲੋਕ ਸਭਾ ਚੋਣਾਂ 2019 ਦੌਰਾਨ ਜਿੱਥੇ ਚੋਣ ਅਮਲ ਤੇ ਪ੍ਰਭਾਵ ਪਾਉਣ ਵਾਲੇ ਮਾੜੇ ਅੰਸਰਾਂ ਸੰਬੰਧੀ ਸੂਚਨਾ ਦਾ ਆਦਾਨ ਪ੍ਰਦਾਨ ਕੀਤਾ, ਉੱਥੇ ਦੋਵਾਂ ਰਾਜਾਂ ਨੂੰ ਜੋੜਦੇ ਮਾਰਗ ਤੇ ਸਾਂਝੀ ਨਾਕੇਬੰਦੀ, ਪੈਟਰੋਲਿੰਗ ਅਤੇ ਅਚਨਚੇਤ ਨਾਕੇਬੰਦੀ ਕਰਨ ਸੰਬੰਧੀ ਵੀ ਰਣਨੀਤੀ ਬਣਾਈ। ਅੰਬਾਲਾ ਤੇ ਪਟਿਆਲਾ ਪੁਲਿਸ ਤੇ DSP ਸਬ ਡਿਵੀਜ਼ਨ ਤੇ ਇੰਚਾਰਜ CIA ਅਸੀਂ ਇੱਕ ਜੁਆਇੰਟ ਮੀਟਿੰਗ ਕੀਤੀ ਹੈ। ਮੀਟਿੰਗ ਦਾ ਪਰਪਜ਼ ਹੈ, ਇੱਕ ਤਾਂ ਨਾਕੇ ਆ ਜਿਹੜੇ ਇੰਟਰਸਟੇਟ ਨਾਕੇ ਹੈ ਉਹਨੂੰ ਫਾਈਨ ਟਿਊਨਿੰਗ ਕਰਨਾ, ਅਤੇ ਇੱਕ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਹਦਾਇਤ ਹੈ ਡਰੱਗਸ ਅਤੇ ਜਿਹੜੀ ਮਨੀ ਕੈਸ਼ ਹੈ ਉਹਦਾ ਜਿਹੜਾ ਫਲੋ ਆ ਉਹਨੂੰ ਰੋਕਣਾ ਅਤੇ ਉਹਨਾਂ ਨੂੰ ਬੰਦਿਆਂ ਨੂੰ ਫੜਨਾ। ਅਸੀਂ ਅੱਜ POs ਦੀ ਲਿਸਟ, ਅਸੀਂ ਜਿਨ੍ਹਾਂ ਦੇ ਵਰੰਟ ਆਫ ਅਰੈਸਟ ਜਾਰੀ ਹੋਏ ਆ ਆਪਸ 'ਚ ਲਿਸਟ ਐਕਸਚੇਂਜ ਕੀਤੀ ਹੈ, ਅਤੇ ਹੋਪਿੰਗ ਇਹਦੇ ਨਾਲ ਜਿਹੜੀ ਬੈਟਰ ਕੋਆਰਡੀਨੇਸ਼ਨ ਹੋਊਗੀ। ਅਸੀਂ ਸਾਰੇ ਆਫਿਸਰਸ ਨੂੰ ਇੰਟਰਵਿਊਸ ਕਰਾਤਾ ਸੋ ਦੈਟ ਕਿ ਜਦੋਂ ਜਿਵੇਂ 12 ਤਰੀਕ ਨੂੰ ਜੇ ਇਲੈਕਸ਼ਨ ਹਰਿਆਣੇ ਦੇ ਵਿੱਚ ਹੈ ਅਤੇ ਉਹ 19th ਨੂੰ ਇੱਥੇ ਹੈ ਪਟਿਆਲੇ ਦੇ ਵਿੱਚ ਹੈ, ਉਸ ਦਿਨ ਅਸੀਂ 12 ਤੋਂ ਪਹਿਲਾਂ ਜਿਹੜੇ ਪਹਿਲਾਂ ਰੂਟੀਨ ਦੇ ਨਾਕੇ ਤਾਂ ਹੁਣ ਤੋਂ ਹੀ ਸ਼ੁਰੂ ਹੋ ਗਏ ਆ, 12 ਤੋਂ ਅਸੀਂ ਸਟਰੋਂਗ ਜਿਹੜੀ ਨਾਕੇਬੰਦੀ ਹੈ ਉੱਧਰ ਲਈ ਆਪਦੇ ਬਾਰਡਰ 'ਤੇ ਕਰ ਦਾਂਗੇ ਕਿਉਂਕਿ ਹਰਿਆਣੇ ਵਾਲੀ ਸਾਈਡ ਇਲੈਕਸ਼ਨ 'ਚ ਬਿਜ਼ੀ ਹੋਊਗੀ। ਇਵੇਂ 19th ਨੂੰ ਹੈ ਇਹ 16-17 ਤੋਂ ਸਟਰੋਂਗ ਨਾਕੇਬੰਦੀ ਹੈ ਜਿਹੜੀ ਬਾਰਡਰ 'ਤੇ ਕਰ ਦੇਣਗੇ। ਅੱਜ ਸਾਰੇ ਆਫਿਸਰਸ ਨੇ ਜਿਹੜੇ ਬੈਡ ਐਲੀਮੈਂਟ ਦੀ POs ਜਿਹੜੇ ਵਾਰੰਟ ਆਫ ਅਰੈਸਟ ਜਾਰੀ ਹੋਏ ਆ ਅਸੀਂ ਲਿਸਟ ਐਕਸਚੇਂਜ ਕਰਨੀਆਂ ਅਤੇ ਉਹਦੇ ਨਾਲ ਇੱਕ ਦੂਜੇ ਦੀ ਹੈਲਪ ਕਰਾਂਗੇ। ਇਹਦੇ ਨਾਲ ਇਹ ਪਰਪਸ ਇਹ ਹੈ ਜਿਹੜੀਆਂ ਇਲੈਕਸ਼ਨ ਫਰੀ ਐਂਡ ਫੇਅਰ। ਬਿਊਰੋ ਰਿਪੋਰਟ, ਦਾ TV, NRI।